Hey guys, how are you? My name is Kanyadeep Singh and welcome in the Punjabi Tutor. So guys, इस वीडियो ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਕਿ ਕਿਉਂ ਅਕਸਰ ਇੱਕ ਸਟੂਡੈਂਟ ਦੇ ਕਈ ਰਾਈਟਿੰਗ ਦੇ ਵਿੱਚੋਂ ਬੈਨ ਨਹੀਂ ਹੁੰਦੇ ਵਾਰ-ਵਾਰ ਐਗਜ਼ਾਮ ਦੇਣ ਤੋਂ ਬਾਅਦ ਵੀ ਓਕੇ ਕਈ ਸਟੂਡੈਂਟ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੇ ਕਈ ਐਗਜ਼ਾਮ ਦਿੱਤਾ ਹੁੰਦਾ 5.5 ਤੇ ਫਿਰ ਐਗਜ਼ਾਮ ਦਿੰਦੇ ਕਈ ਵਾਰੀ 5 ਜਾਂ ਚਲੋ ਇੱਕ ਅੱਧੀ ਵਾਰੀ 6 ਵੀ ਆ ਜਾਂਦੇ ਆ ਬਟ ਅਗੇਨ ਉਹ 5.5 ਤੇ ਰਹਿ ਜਾਂਦਾ ਕਿਉਂ ਹੁੰਦਾ ਇਦਾਂ ਤੇ ਮੈਂ ਤੁਹਾਨੂੰ ਇੱਕ ਅੱਜ ਇੱਕ ਨਿੱਕੀ ਜਿਹੀ ਗੱਲ ਦੱਸੂੰਗਾ ਕਿ ਜੋ ਇੰਪਰੂਵ ਕਰ ਸਕਦੀ ਹੈ ਤੁਹਾਡੀ ਰਾਈਟਿੰਗ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਮੈਂ ਤੁਹਾਨੂੰ ਇਹ ਚੀਜ਼ ਸਟਾਰਟਿੰਗ ਦੇ ਵਿੱਚ ਹੀ ਦੱਸਦੀ ਸੀਗੀ ਕਿ ਰਾਈਟਿੰਗ ਦੇ ਵਿੱਚ ਚਾਰ ਚੀਜ਼ਾਂ ਕੰਮ ਕਰਦੀਆਂ ਟਾਸਕ ਰਿਸਪੋਂਸ ਕੋਹਰੈਂਸ ਕੋਹੀਜ਼ਨ ਲੈਕਸੀਕਲ ਰੀਸੋਰਸਸ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ ਹੁਣ ਇੱਥੇ ਮੇਨ ਗੱਲ ਇਹ ਆ ਕਿ ਕਈ ਸਟੂਡੈਂਟਸ ਨੂੰ ਇਹ ਚੀਜ਼ ਨਹੀਂ ਪਤਾ ਕਿ ਮੇਰੇ ਐਸੇ ਦੇ ਵਿੱਚ ਕਿਹੜੀ ਚੀਜ਼ ਵੀਕ ਆ ਸੋ ਫਰੈਂਡ ਜੇ ਤੁਹਾਨੂੰ ਇਹ ਚੀਜ਼ ਨਹੀਂ ਪਤਾ ਕਿ ਤੁਸੀਂ ਕਿਸ ਚੀਜ਼ ਦੇ ਵਿੱਚੋਂ ਕਿਸ ਏਰੀਆ ਦੇ ਵਿੱਚੋਂ ਵੀਕ ਹੋ ਤਾਂ ਨੈਚੁਰਲੀ ਇਹ ਸ਼ੋਰ ਆ ਚੀਜ਼ ਡੈਫੀਨੇਟਲੀ ਤੁਹਾਡੇ ਬੈਂਡ ਇੰਪਰੂਵ ਨਹੀਂ ਹੋਣਗੇ ਕਈ ਵਾਰੀ ਵਟਸਐਪ 'ਤੇ ਮੈਨੂੰ ਸਟੂਡੈਂਟ ਦਾ ਆਂਸਰ ਹੁੰਦਾ ਕਿ ਸਰ ਮੈਂ ਰਾਈਟਿੰਗ ਦੇ ਵਿੱਚੋਂ ਵੀਕ ਹਾਂ ਤਾਂ ਮੈਂ ਉਹਨੂੰ ਲੈ ਕੇ ਭੇਜਦਾ ਇਨ ਵਿੱਚ ਏਰੀਆ ਤਾਂ ਉਹਨਾਂ ਕੋਲ ਇਹ ਕੁਐਸਚਨ ਦਾ ਕੋਈ ਆਂਸਰ ਨਹੀਂ ਹੁੰਦਾ ਕਿ ਸਰ ਏਰੀਆ ਮੀਨਸ ਬਈ ਸਰ ਮੈਨੂੰ ਬਸ ਮੇਰੇ ਇੰਨੇ ਬੈਂਡ ਆਉਂਦੇ ਆ ਸੋ ਬਈ ਪਹਿਲਾਂ ਤੁਹਾਨੂੰ ਸਪੈਸੀਫਿਕਲੀ ਇੱਥੇ ਸਪੈਸੀਫਿਕਲੀ ਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੀ ਰਾਈਟਿੰਗ ਨੂੰ ਇੱਕ ਰਾਈਟਿੰਗ ਵਰਡ ਨਾ ਸਮਝੋ ਫਰਦਰ ਇਹਦੇ ਅੰਦਰ ਜਾ ਕੇ ਦੇਖੋ ਕਿ ਮੈਂ ਵੀਕ ਕਿੱਥੇ ਹਾਂ ਹਰ ਇੱਕ ਸਟੂਡੈਂਟ ਦੀਆਂ ਵੱਖਰੀਆਂ ਵੱਖਰੀਆਂ ਪ੍ਰੋਬਲਮਸ ਹੋ ਸਕਦੀਆਂ ਫੋਰ ਐਗਜ਼ਾਮਪਲ ਕਈ ਸਟੂਡੈਂਟਸ ਕੋਹਰੈਂਸ ਦੇ ਵਿੱਚੋਂ ਵੀਕ ਹੁੰਦੇ ਆ ਕਈ ਕੋਹੀਜ਼ਨ ਦੇ ਵਿੱਚੋਂ ਵੀਕ ਹੁੰਦੇ ਆ ਕਈਆਂ ਦੀ ਸਟਰਕਚਰ ਨਹੀਂ ਸਹੀ ਹੁੰਦੀ ਜਾਂ ਵੇਰੀਏਸ਼ਨ ਨਹੀਂ ਸ਼ੋ ਕਰ ਪਾਉਂਦੇ ਉਹ ਗ੍ਰੈਮਰ ਦੇ ਵਿੱਚੋਂ ਵੀਕ ਹੁੰਦੇ ਆ ਕਈ ਲੈਕਸੀਕਲ ਰੀਸੋਰਸਿਸ ਵਿੱਚੋਂ ਵੀਕ ਹੁੰਦੇ ਆ ਹੁਣ ਇੱਥੇ ਕੁਐਸਚਨ ਇਹ ਹੈ ਕਿ ਤੁਹਾਨੂੰ ਪਤਾ ਕਿਵੇਂ ਲੱਗੂਗਾ ਤੁਸੀਂ ਕਿਹੜੇ ਏਰੀਏ ਦੇ ਵਿੱਚੋਂ ਵੀਕ ਹੋ ਗਾਈ ਜਦੋਂ ਵੀ ਤੁਸੀਂ ਕਾਪੀ ਕਿਸੇ ਟ੍ਰੇਨਰ ਤੋਂ ਆਪਣੇ ਆਪਣੇ ਟ੍ਰੇਨਰ ਸਾਰੇ ਸਟੂਡੈਂਟ ਜੋ ਚੈਨਲ ਦੇਖਦੇ ਦੇਖੋ ਤੁਸੀਂ ਕੋਈ ਨਾ ਕੋਈ ਇੰਸਟੀਟਿਊਟ ਤਾਂ ਜੁਆਇਨ ਕੀਤੇ ਹੋਏ ਆ ਇਹ ਤਾਂ ਇੱਕ ਰਿਐਲਿਟੀ ਆ ਓਕੇ ਜਦੋਂ ਤੁਸੀਂ ਆਪਣੇ ਟ੍ਰੇਨਰ ਤੋਂ ਕਾਪੀ ਚੈੱਕ ਕਰਾਉਂਦੇ ਹੋ ਤਾਂ ਨੈਚੁਰਲ ਜੀ ਗੱਲ ਆ ਕਿ ਤੁਹਾਡੀ ਕਾਪੀ ਦੇ ਨੀਚੇ ਉਹ ਏਰੀਆ ਲਿਖਿਆ ਜਾਂਦਾ ਹੋਊਗਾ ਕਿ ਤੁਸੀਂ ਕਿਹੜੇ ਏਰੀਏ ਦੇ ਵਿੱਚੋਂ ਵੀਕ ਹੋ ਅਤੇ ਜਦੋਂ ਏਰੀਆ ਤੁਹਾਡਾ ਟ੍ਰੇਨਰ ਨੀਚੇ ਲਿਖਦਾ ਕਿ ਤੁਹਾਨੂੰ ਕੰਮ ਕਰਨਾ ਚਾਹੀਦਾ ਤੁਹਾਡੀ GRA 'ਤੇ ਤੁਹਾਡੇ LR 'ਤੇ CC 'ਤੇ ਤਾਂ ਕਹੀ ਤੁਹਾਡਾ ਇਹ ਫਰਜ਼ ਬਣਦਾ ਹੁੰਦਾ ਕਿ ਤੁਸੀਂ ਉਹਨੂੰ ਡੀਪ ਦੇ ਵਿੱਚ ਜਾ ਕੇ ਫਿਰ ਸ਼ੁਰੂ ਕਰੋ ਤੁਹਾਡੇ ਸਾਹਮਣੇ ਪ੍ਰੋਬਲਮ ਤੁਹਾਡੇ ਟ੍ਰੇਨਰ ਨੇ ਲਿਖੀ ਪਈ ਆ ਕਿ ਤੂੰ GRA ਦੇ ਵਿੱਚੋਂ ਵੀਕ ਆ ਹਾਂ ਇੱਦਾਂ ਵੀ ਹੁੰਦਾ ਕਈ ਸਟੂਡੈਂਟ ਦੋ ਦੋ ਤਿੰਨ ਤਿੰਨ ਏਰੀਆ ਦੇ ਵਿੱਚੋਂ ਵੀਕ ਹੁੰਦੇ ਇਹਦੇ 'ਤੇ ਮੇਨ ਚੀਜ਼ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਤੁਸੀਂ ਜਦੋਂ ਵੀ ਕੋਈ ਐਸੇ ਲਿਖੋਗੇ ਓਕੇ ਜੇ ਤੁਹਾਡੀ ਗ੍ਰੈਮਰ ਚੰਗੀ ਆ ਤੁਸੀਂ ਵੇਰੀਏਸ਼ਨ ਸ਼ੋ ਕਰ ਪਾਉਂਦੇ ਹੋ ਤਾਂ ਹੋ ਸਕਦਾ GRA ਉਹਨਾਂ ਵਿੱਚੋਂ ਨਾ ਹੋਵੇ ਏਰੀਆ ਬਟ ਮੈਂ ਤੁਹਾਨੂੰ ਦੱਸਦਾ ਕਿ ਜੋ ਬਾਕੀ ਤਿੰਨ ਏਰੀਆਜ਼ ਹੁੰਦੇ ਆ ਜਿਵੇਂ ਟਾਸਕ ਰਿਸਪੋਂਸ ਹੋ ਗਿਆ ਕੋਹਰੈਂਸ ਅਤੇ ਕੁਇਜ਼ਨ ਹੋ ਗਿਆ ਅਤੇ ਲੈਕਸੀਕਲ ਰੀਸੋਰਸ ਹੋ ਗਿਆ ਇਹ ਐਸੇ ਟੂ ਐਸੇ ਅਤੇ ਅਕੋਰਡਿੰਗ ਟੂ ਯੂਅਰ ਤੁਹਾਡੀ ਨੌਲੇਜ ਦੇ ਅਕੋਰਡਿੰਗ ਇਹ ਬਦਲਦੇ ਰਹਿੰਦੇ ਆ ਗਾਈਸ ਕਿਵੇਂ ਮੈਂ ਤੁਹਾਨੂੰ ਦੱਸਦਾ ਮੰਨ ਕੇ ਚੱਲੋ ਤੁਹਾਨੂੰ ਟੋਪਿਕ ਉਹ ਪਤਾ ਉਹਨਾਂ ਨੇ ਜਿਹਦੇ ਨਾਲ ਤੁਸੀਂ ਫੈਮਿਲੀਅਰ ਹੋ ਜਿਹਦੀ ਨੌਲੇਜ ਤੁਹਾਡੇ ਕੋਲ ਆਲਰੇਡੀ ਕਾਫੀ ਜ਼ਿਆਦਾ ਹੈਗੀ ਆ ਜਿਹਦੀ ਵੋਕੈਬ ਤੁਹਾਡੇ ਕੋਲ ਕਾਫੀ ਜ਼ਿਆਦਾ ਹੈਗੀ ਆ ਤੁਸੀਂ ਬਚਪਨ ਤੋਂ ਆਪਣੀਆਂ ਟੈਕਸਟ ਬੁੱਕਸ ਤੋਂ ਜਾਂ ਵੈਸੇ ਤੁਸੀਂ ਉਹ ਐਸੇ ਕਾਫੀ ਜ਼ਿਆਦਾ ਕੀਤੇ ਹੋਏ ਆ ਤਾਂ ਇੱਥੇ ਪੋਸੀਬਿਲਟੀ ਹੈਗੀ ਆ ਕਿ ਤੁਹਾਡੇ 6 ਜਾਂ 6.5 ਬੈਂਡ ਆਉਣਗੇ ਕਿਉਂ ਕਿਉਂਕਿ ਲੈਕਸੀਕਲ ਰੀਸੋਰਸਿਸ ਦੇ ਵਿੱਚੋਂ ਇੱਥੇ ਤੁਸੀਂ ਵਧੀਆ ਰਹੋਗੇ ਅਤੇ ਕਿਉਂਕਿ ਤੁਹਾਨੂੰ ਉਹ ਟੋਪਿਕ ਦੇ ਬਾਰੇ ਨੌਲੇਜ ਆ ਤੁਹਾਡੀ ਕੋਹਰੈਂਸ ਅਤੇ ਟਾਸਕ ਰਿਸਪੋਂਸ ਵੀ ਉਹ ਫਾਈਨਲ ਦੇ ਵਿੱਚ ਸਹੀ ਜਾਊਗਾ ਦਿੱਕਤ ਕਿੱਥੇ ਹੋ ਸਕਦੀ ਆ ਦਿੱਕਤ ਉਦੋਂ ਹੁੰਦੀ ਆ ਕਿ ਜਦੋਂ ਤੁਸੀਂ ਕਿਸੇ ਟੋਪਿਕ ਦੇ ਨਾਲ ਫੈਮਿਲੀਅਰ ਨਹੀਂ ਹੁੰਦੇ ਆਈਡੀਆਜ਼ ਤੁਹਾਨੂੰ ਜ਼ਿਆਦਾ ਆਉਂਦੇ ਆ ਪਰ ਤੁਸੀਂ ਉਹਨਾਂ ਨੂੰ ਗਾਂ ਇਸਟੈਬਲਿਸ਼ ਨਹੀਂ ਕਰ ਪਾਉਂਦੇ ਐਲੈਬੋਰੇਟ ਨਹੀਂ ਕਰ ਪਾਉਂਦੇ ਤਾਂ ਕਰਕੇ ਇੱਥੇ ਤੁਹਾਡੇ ਉੱਥੇ ਕੋਹਰੈਂਸ ਦੇ ਵਿੱਚੋਂ ਬੈਂਡ ਕੱਟੇ ਜਾਣਗੇ ਓਕੇ ਜੇ ਤੁਸੀਂ 5 ਐਸੇ ਲਿਖੋ ਅਤੇ 5 ਐਸੇ ਆਪਣੇ ਟ੍ਰੇਨਰ ਤੋਂ ਚੈੱਕ ਕਰਾਉਂ ਤਾਂ ਇਹ ਪੋਸੀਬਿਲਟੀ ਆ ਕਿ 5 ਦੇ ਵਿੱਚੋਂ ਤੁਹਾਡੇ ਏਰੀਆਜ਼ ਵੀ ਉਹ ਵੱਖੋ ਵੱਖਰੇ ਵੀਕ ਹੋਣਗੇ ਹੋ ਸਕਦਾ ਕਿਸੇ 1 ਐਸੇ ਵਿੱਚ ਤੁਹਾਡਾ ਟਾਸਕ ਰਿਸਪੋਂਸ ਅਤੇ ਕੋਹਰੈਂਸ ਬਹੁਤ ਜ਼ਿਆਦਾ ਵਧੀਆ ਲੈਵਲ ਦੀ ਆ 7 ਬੈਂਡ ਦੀ ਆ ਅਤੇ ਅਗਲੇ ਹੀ ਐਸੇ ਦੇ ਵਿੱਚ ਜੋ ਤੁਸੀਂ ਉਸੇ ਹੀ ਟਾਈਮ ਲਿਖਿਆ ਵਾ ਹੋ ਸਕਦਾ ਤੁਹਾਨੂੰ ਉਹਦੀ ਲੌਜੀਕਲ ਐਲੈਬੋਰੇਸ਼ਨ ਜੋ ਹੁੰਦੀ ਆ ਅਤੇ ਤੁਹਾਡੇ ਆਈਡੀਆਸ ਆ ਜੋ ਉਹ ਇੰਨਾ ਜ਼ਿਆਦਾ ਉਹ ਕੋਹਰੈਂਸ ਅੱਗੇ ਜਾ ਕੇ ਨਹੀਂ ਹੋਲਡ ਕਰ ਪਾ ਰਹੇ ਤਾਂ ਉਹ ਐਸੇ ਜੋ ਤੁਸੀਂ ਉਹਦੇ ਨਾਲ ਹੀ ਸੇਮ ਲਿਖਿਆ ਸੀਗਾ ਹੋ ਸਕਦਾ ਉਹਦੇ ਵਿੱਚੋਂ 5 ਬੈਂਡ ਦੀ ਕੋਹਰੈਂਸ ਹੋਵੇ ਅਤੇ ਟਾਸਕ ਰਿਸਪੋਂਸ ਵੀ ਸਿਰਫ 5.5 ਬੈਂਡ ਦਾ ਹੋਵੇ ਤਾਂ ਇਹ ਪੋਸੀਬਿਲਟੀ ਆ ਇੱਕ ਹੀ ਸਟੂਡੈਂਟ ਜੇ ਇੱਕੋ ਟਾਈਮ 'ਤੇ 2 ਐਸੇ ਲਿਖੇ ਤਾਂ ਇਹ ਪੋਸੀਬਿਲਟੀ ਹੈ ਕਿ ਦੋਵਾਂ ਦੇ ਬੈਂਡ ਅੱਡੋ ਅੱਡ ਹੋਣਗੇ ਤੁਸੀਂ ਐਕਸਪੈਰੀਮੈਂਟ ਕਰਕੇ ਦੇਖ ਸਕਦੇ ਹੋ ਇਹ ਚੀਜ਼ ਦਾ ਓਕੇ ਸੋ ਇਹ ਚੀਜ਼ ਨੂੰ ਇਹ ਸਾਰੀ ਰਾਈਟਿੰਗ ਨੂੰ ਸੌਟ ਆਊਟ ਕਿਵੇਂ ਕੀਤਾ ਜਾਵੇ
ਮੇਨ ਮੈਂ ਤੁਹਾਨੂੰ ਦੱਸਤਾ ਕਿ ਸਭ ਤੋਂ ਪਹਿਲਾਂ ਜੋ ਤੁਹਾਡਾ ਵੀਕ ਏਰੀਆ ਤੁਸੀਂ ਉਹਨੂੰ ਪਹਿਚਾਣੋ, ਆਪਣੇ ਟ੍ਰੇਨਰ ਤੋਂ ਸਪੈਸ਼ਲੀ ਪੁੱਛੋ ਕਿ ਕਿਹੜਾ ਏਰੀਆ ਮੇਰਾ ਵੀਕ ਆ। ਓਕੇ, ਇਹ ਏਰੀਆ ਪਤਾ ਕਰਨ ਤੋਂ ਬਾਅਦ ਓਕੇ ਮੈਂ ਤੁਹਾਨੂੰ ਦੱਸਦਾ ਕਿ ਜੀ ਆਰ ਏ 'ਚੋਂ ਜੇ ਤੁਸੀਂ ਬੈਸਟ ਹੋ, ਦੇਖੋ ਜੀ ਆਰ ਏ ਇੱਕ ਇੱਦਾਂ ਦੀ ਚੀਜ਼ ਆ ਜੋ ਜਿਹਦੇ ਵਿੱਚ ਤੁਹਾਨੂੰ ਵੀਕ ਹੋਣਾ ਹੀ ਨਹੀਂ ਚਾਹੀਦਾ, ਅਤੇ ਤੁਸੀਂ ਭਾਵੇਂ 10 ਐਸੇ ਲਿਖੋ ਤੁਹਾਡੀ ਜੀ ਆਰ ਏ ਤਾਂ ਸਾਈਡ 'ਤੇ ਰੱਖੀ ਪਈ ਹੋਵੇ ਬਹੁਤ ਵਧੀਆ ਕਰਕੇ। ਬਾਕੀ ਤਿੰਨ ਮੈਂ ਤੁਹਾਨੂੰ ਦੱਸਤਾ ਕਿ ਐਸੇ ਟੂ ਐਸੇ ਅਤੇ ਫਾਈਨਲ ਦੇ ਵਿੱਚ ਵੈਰੀ ਕਰਦਾ ਰਹਿੰਦਾ। ਓਕੇ, ਕੋਹਰੈਂਸ ਹੁੰਦੀ ਹੈ ਜੋ, ਅਤੇ ਟਾਸਕ ਰਿਸਪੋਂਸ ਹੁੰਦਾ ਵਾ ਉਹ ਤੁਹਾਡੇ ਬ੍ਰੇਨ ਦੇ ਉਹ ਕਿੰਨਾ ਕੁ ਜ਼ਿਆਦਾ ਕੰਫਰਟੇਬਲ ਆ, ਇਹ ਚੀਜ਼ ਵੀ ਇੱਕ ਫੈਕਟਰ ਹੈ ਬਹੁਤ ਵੱਡਾ। ਫਾਈਨਲ ਦੇ ਵਿੱਚੋਂ ਜੇ ਤੁਸੀਂ ਸਟ੍ਰੈਸਡ ਹੋਏ ਬੈਠੇ ਹੋ, ਤੁਹਾਨੂੰ ਉੱਥੇ ਕੁਝ ਸਮਝ ਨਹੀਂ ਆ ਰਿਹਾ, ਤੁਸੀਂ ਡਰੀ ਜਾਂਦੇ ਹੋ, ਤਾਂ ਜਦੋਂ ਤੁਸੀਂ ਡਰਦੇ ਹੋ ਤਾਂ ਤੁਹਾਡਾ ਬ੍ਰੇਨ ਕਦੇ ਵੀ ਕਿਸੇ ਚੀਜ਼ ਨੂੰ ਲੌਜੀਕਲ ਆਰਡਰ ਦੇ ਵਿੱਚ ਨਹੀਂ ਲਾ ਸਕਦਾ, ਬਲਕਿ ਉਹ ਕਨਫਿਊਜ਼ ਹੋਊਗਾ। ਅਗਲੀ ਲਾਈਨ ਜਿਹੜੀ ਉਹਦੇ ਮਾਈਂਡ ਦੇ ਵਿੱਚ ਆ ਗਈ, ਤੁਹਾਡੇ ਕੋਲ ਫਾਈਨਲ 'ਚ ਇੰਨਾ ਟਾਈਮ ਹੈ ਨਹੀਂ ਉਹਨੂੰ ਸੋਚਣ ਦਾ, ਤੁਸੀਂ ਉਹ ਬਸ ਬਿਨਾਂ ਰੁਕੇ ਲਿਖ ਦੇਣੀ ਹੈ। ਸੋ ਫਾਈਨਲ ਦੇ ਵਿੱਚ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਕਿ ਤੁਹਾਡੀ ਕੋਹਰੈਂਸ ਦੇ ਵਿੱਚੋਂ ਬੈਂਡ ਬਹੁਤ ਜ਼ਿਆਦਾ ਕੱਟੇ ਜਾਂਦੇ ਆ। ਓਕੇ, ਜੋ ਸਟੂਡੈਂਟ ਦੀ ਪ੍ਰੈਕਟਿਸ ਆ, ਜੋ ਉੱਥੇ ਨਹੀਂ ਘਬਰਾਉਂਦਾ, ਜੋ ਸਟ੍ਰੈਸ ਨਹੀਂ ਹੁੰਦਾ, ਆਪਣਾ ਯਾਨੀ ਕਿ ਕੌਨਸ਼ੀਅਸਨੈਸ ਨਹੀਂ ਖੋਂਦਾ, ਤਾਂ ਉਹ ਸਟੂਡੈਂਟ ਰਾਈਟਿੰਗ ਦੇ ਵਿੱਚੋਂ ਬੈਂਡ ਲੈ ਜਾਂਦਾ। ਕੋਹਰੈਂਸ ਦੇ ਵਿੱਚੋਂ ਉਹਦੇ ਬੈਂਡ ਕਾਫੀ ਅਦੇ ਹੁੰਦੇ ਆ, ਟਾਸਕ ਰਿਸਪੋਂਸ ਅਤੇ ਕੋਹਰੈਂਸ ਦੇ ਵਿੱਚੋਂ। ਓਕੇ, ਕੋਹੀਜ਼ਨ ਤਾਂ ਚਲੋ ਮੈਮੋਰਾਈਜ਼ ਚੀਜ਼ਾਂ ਹੁੰਦੀਆਂ, ਤੁਸੀਂ ਜਸਟ ਇਹਨੂੰ 15-20 ਮਿੰਟ ਦੇ ਵਿੱਚ ਸਿੱਖ ਲੈਂਦੇ ਹੋ। ਕੋਹੀਜ਼ਨ ਦੇ ਵਿੱਚੋਂ ਕੋਈ ਜ਼ਿਆਦਾ ਬੈਂਡ ਨਹੀਂ ਕੱਟੇ ਜਾਂਦੇ, ਬਟ ਸ਼ਰਤ ਇਹ ਹੈ ਕਿ ਤੁਹਾਨੂੰ ਸਹੀ ਜਗ੍ਹਾ 'ਤੇ ਸਹੀ ਕਨੈਕਟਰ ਲਾਉਣਾ ਆਉਣਾ ਚਾਹੀਦਾ। ਓਕੇ, ਜੀ ਆਰ ਏ ਨੂੰ ਸਾਈਡ 'ਤੇ ਕੱਢ ਦਿਓ, ਇੱਕ ਦੋ ਦਿਨ ਦੇ ਵਿੱਚ ਇਹਨੂੰ ਇੰਪਰੂਵ ਕਰ ਲਓ ਵਧੀਆ। ਟਾਸਕ ਰਿਸਪੋਂਸ, ਕੋਹਰੈਂਸ, ਕੋਹੀਜ਼ਨ ਇਹ ਸਮੇਂ ਸਿਰ ਹੈਲਦੀ ਰਹਿੰਦੀ ਹੈ। ਜਿੰਨਾ ਜ਼ਿਆਦਾ ਫਾਈਨਲ ਦੇ ਵਿੱਚ ਸਟ੍ਰੈਸਡ ਹੋਵੋਗੇ, ਓਨਾ ਜ਼ਿਆਦਾ ਹੀ ਤੁਸੀਂ ਆਪਦੇ ਕੋਹਰੈਂਸ ਦੇ ਵਿੱਚੋਂ ਬੈਂਡ ਕਟਾਉਂਗੇ ਅਤੇ ਟਾਸਕ ਰਿਸਪੋਂਸ ਦੇ ਵਿੱਚੋਂ ਵੀ ਕਟਾਉਂਗੇ। ਮੈਂ ਇੱਕ ਵੀਡੀਓ ਬਣਾਊਂਗਾ ਜਿਹਦੇ ਵਿੱਚ ਮੈਂ ਦੱਸੂਗਾ ਕਿ ਟਾਸਕ ਰਿਸਪੋਂਸ ਅਤੇ ਕੋਹਰੈਂਸ ਕਿਵੇਂ ਇੱਕ ਦੂਜੇ ਦੇ ਨਾਲ ਇਹ ਬਾਊਂਡ ਹੁੰਦੇ ਆ। ਜੇ ਇੱਕ ਚੀਜ਼ ਗਲਤ ਹੋ ਗਈ ਤਾਂ ਦੂਸਰੀ ਤਾਂ ਵੈਸੇ ਹੀ ਰੂੰਗੇ ਦੇ ਵਿੱਚ ਗਲਤ ਹੋ ਜਾਣੀ ਹੈ। ਓਕੇ, ਸੋ ਇੱਥੇ ਮੈਂ ਹੁਣ ਤੁਹਾਨੂੰ ਦੱਸਾਂ ਕਿ ਇਹਨਾਂ ਚਾਰਾਂ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਜਦੋਂ ਪਤਾ ਲੱਗ ਗਿਆ ਮੈਂ ਕਿਹੜੀ ਚੀਜ਼ ਦੇ ਵਿੱਚੋਂ ਵੀਕ ਹਾਂ, ਇਸ ਤੋਂ ਬਾਅਦ ਤੁਸੀਂ ਸਪੈਸੀਫਿਕਲੀ ਉਹ ਚੀਜ਼ 'ਤੇ ਮਿਹਨਤ ਕਰਨਾ ਸ਼ੁਰੂ ਕਰੋ। ਕੀ ਕਰਦੇ ਆ ਸਟੂਡੈਂਟਸ, ਮੋਸਟਲੀ ਪੰਜਾਬ ਦੇ ਸਟੂਡੈਂਟ, ਮੈਂ ਬਹੁਤ ਜ਼ਿਆਦਾ ਸਟੂਡੈਂਟਸ ਨੂੰ ਕਿਹਾ ਕਿ ਤੁਸੀਂ ਇੰਟਰਨੈਟ ਤੋਂ ਐਸੇ ਰੀਡ ਕਰਿਆ ਕਰੋ। ਸੋ ਉਹਨਾਂ ਦੀ ਐਸੇ ਰੀਡ ਕਰਨ ਦੀ ਅਪਰੋਚ ਕਿੱਦਾਂ ਦੀ ਹੁੰਦੀ ਮੈਂ ਤੁਹਾਨੂੰ ਦੱਸਦਾ। ਜੇ ਤੁਸੀਂ ਜੇ ਤੁਹਾਨੂੰ ਮੈਂ ਕਹਿ ਵੀ ਦੇਵਾਂ ਕਿ ਤੁਸੀਂ ਐਸੇ ਨੈਟ ਤੋਂ ਰੀਡ ਕਰੋ, ਇੰਟਰਨੈਟ ਤੋਂ ਵੈਬਸਾਈਟਸ 'ਤੇ ਜਾ ਕੇ, ਤਾਂ ਤੁਸੀਂ ਕੀ ਕਰਨਾ, ਪਹਿਲੀ ਗੱਲ ਤਾਂ ਕਿ ਤੁਸੀਂ ਕਿਸੇ ਇੰਟਰਨੈਟ 'ਤੇ ਐਸੇ ਜਦੋਂ ਖੋਲ੍ਹਿਆ, ਓਕੇ, ਤੁਹਾਡਾ ਧਿਆਨ ਇਹ ਚੀਜ਼ ਵੱਲ ਨਹੀਂ ਹੋਣਾ ਕਿ ਮੇਰਾ ਜੋ ਸੈਕਸ਼ਨ ਵੀਕ ਆ, ਜਿਹਦੇ ਵਿੱਚ ਮੈਂ ਵੀਕ ਹਾਂ, ਮੇਰੀ ਜੀ ਆਰ ਏ, ਐੱਲ ਆਰ ਸੀ ਸੀ, ਟਾਸਕ ਰਿਸਪੋਂਸ, ਮੈਂ ਇਹ ਐਸੇ ਦੇ ਵਿੱਚੋਂ ਉਹ ਚੀਜ਼ ਦੇਖਾਂ ਕਿ ਰਾਈਟਰ ਕਿਵੇਂ ਬਿਲਡ ਕਰਦਾ ਵਾ, ਕਿਵੇਂ ਉਹਨੇ ਇਹ ਚੀਜ਼ ਨੂੰ ਵਧੀਆ ਉਹਨੇ ਰੀਪ੍ਰਜੈਂਟ ਕੀਤਾ ਵਾ। ਤੁਹਾਡਾ ਧਿਆਨ ਇਹ ਚੀਜ਼ 'ਤੇ ਹੁੰਦਾ ਕਿ ਮੈਂ ਐਸੇ ਦੇ ਵਿੱਚੋਂ ਕੋਈ ਇੱਦਾਂ ਦੀ ਲਾਈਨ ਚੱਕਾਂ ਜੋ ਬਹੁਤ ਜ਼ਿਆਦਾ ਵਧੀਆ ਹੋਵੇ, ਅਤੇ ਸੁਬਾਹ ਮੈਂ ਉਹਨੂੰ ਆਪਦੇ ਕਿਸੇ ਐਸੇ ਦੇ ਵਿੱਚ ਸੈਂਟਰ 'ਚ ਜਾ ਕੇ ਲਿਖਾਂ। ਇਹ ਚੀਜ਼ ਕੀ ਕਰਦੀ ਆ, ਤੁਹਾਡੇ ਬੈਂਡ ਇਹਨੇ ਜਮ੍ਹਾਂ ਨਹੀਂ ਵਧਾਉਣੇ, ਕਿਉਂਕਿ ਪਹਿਲੀ ਗੱਲ ਬਣਿਆ ਬਣਾਇਆ ਸੈਂਟੈਂਸ ਕਿਤੇ ਵੀ ਚੀਜ਼ 'ਤੇ ਨੈਚੁਰਲੀ ਫਿੱਟ ਨਹੀਂ ਹੋ ਸਕਦਾ, ਉਹ ਧੱਕੇ ਨਾਲ ਫਿੱਟ ਕਰ ਦਿਓ ਤੁਸੀਂ। ਰਾਈਟਿੰਗ ਦੇ ਵਿੱਚ ਬਹੁਤ ਜ਼ਿਆਦਾ ਕਨੈਕਟਰ ਇੱਦਾਂ ਦੇ ਆ, ਬਹੁਤ ਜ਼ਿਆਦਾ ਸੈਂਟੈਂਸ ਇੱਦਾਂ ਦੇ ਆ ਜੋ ਤੁਸੀਂ ਧੱਕੇ ਨਾਲ ਲਾਉਂਦੇ ਹੋ, ਐਕਚੁਅਲ ਦੇ ਵਿੱਚ ਉਹ ਚੀਜ਼ਾਂ ਉੱਥੇ ਲੱਗਦੀਆਂ ਨਹੀਂ ਹੁੰਦੀਆਂ, ਬਟ ਤੁਸੀਂ ਲਿਖਦੇ ਲਿਖਦੇ ਬਸ ਕੋਸ਼ਿਸ਼ ਕਰਦੇ ਹੋ ਕਿ ਬਸ ਇੱਥੇ ਮੈਂ ਲਾ ਜਾਂ ਇਹਨੂੰ। ਸੋ ਨੈੱਟ ਤੋਂ ਤੁਸੀਂ ਕੀ ਕਰਦੇ ਹੋ, ਫਿਰ ਤੁਸੀਂ ਸੈਂਟੈਂਸ ਚੱਕਦੇ ਹੋ, ਉਹਨੂੰ ਕਾਪੀ ਪੇਸਟ ਮਾਰਦੇ ਹੋ, ਇੱਦਾਂ ਤੁਹਾਡੇ ਇੰਪਰੂਵਮੈਂਟ ਨਹੀਂ ਹੋਣੀ। ਅਤੇ ਜੋ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਨੈੱਟ ਤੋਂ ਐਸੇ ਰੀਡ ਕਰੋ, ਤੁਸੀਂ ਉਹਨੂੰ ਗਲਤ ਯੂਜ਼ ਦੇ ਵਿੱਚ ਲੈ ਗਏ, ਇੰਪਰੂਵਮੈਂਟ ਨਾ ਹੋਣ 'ਤੇ ਤੁਸੀਂ ਫਿਰ ਓਬੀਅਸ ਜੀ ਗੱਲ ਹੈ ਕਿ ਕਹੋਗੇ ਕਿ ਸਰ ਇਹ ਚੀਜ਼ ਦੇ ਨਾਲ ਮੇਰੀ ਇੰਪਰੂਵਮੈਂਟ ਨਹੀਂ ਹੋਈ, ਐਕਚੁਅਲ ਦੇ ਵਿੱਚ ਇਹ ਚੀਜ਼ ਨੂੰ ਤੁਸੀਂ ਸਹੀ ਤਰੀਕੇ ਨਾਲ ਯੂਜ਼ ਨਹੀਂ ਕੀਤਾ। ਮੈਂ ਤੁਹਾਨੂੰ ਅੱਜ ਦੱਸਦਾ ਕਿ ਕਿਸੇ ਵੀ ਐਸੇ ਨੂੰ ਜੇ ਰੀਡ ਕਰਨਾ ਹੋਵੇ ਤਾਂ 4 ਪਰਸਪੈਕਟਿਵ ਨਾਲ ਰੀਡ ਕੀਤਾ ਜਾਂਦਾ। ਧਿਆਨ ਨਾਲ ਸੁਣਿਓ, ਮੈਂ ਮੇਨ ਗੱਲ ਆ ਜ਼ਰੂਰੀ ਇੱਕ ਵਾਰੀ ਦੂਰੀ ਵਾਰੀ ਕਹਿ ਦਿੰਦਾ ਕਿ ਕਿਸੇ ਵੀ ਐਸੇ ਨੂੰ 4 ਤਰੀਕਿਆਂ ਨਾਲ ਪੜ੍ਹਿਆ ਜਾਂਦਾ ਹੁੰਦਾ, 4 ਪਰਸਪੈਕਟਿਵ ਤੋਂ। ਜਦੋਂ ਤੁਸੀਂ ਐਸੇ ਇੱਕ ਪੜ੍ਹੀ ਜਾਂਦੇ ਹੋ ਤਾਂ ਤੁਹਾਡਾ ਮੇਨ ਮੋਟਿਵ ਕੋਈ ਨਹੀਂ ਹੋਣਾ ਚਾਹੀਦਾ, ਤੁਹਾਡਾ ਮੇਨ ਮੋਟਿਵ ਸਿਰਫ ਇਹ ਹੋਣਾ ਚਾਹੀਦਾ ਕਿ ਐਸੇ ਦੇ ਵਿੱਚ ਇਹ ਰਾਈਟਰ ਨੇ ਗ੍ਰੈਮਰ ਕਿਹੜੇ ਲੈਵਲ ਦੀ ਯੂਜ਼ ਕੀਤੀ ਆ, ਕਿਹੜੇ ਕਿਹੜੇ ਨੇ ਸੈਂਟੈਂਸ ਲਿਖੇ ਆ, ਉਹਨੂੰ ਕਾਪੀ 'ਤੇ ਸਾਈਡ 'ਤੇ ਨੋਟ ਕਰੋ। ਜੇ ਤੁਹਾਨੂੰ ਕੋਈ ਕੰਪਾਊਂਡ ਸੈਂਟੈਂਸ ਦੇਖ ਰਿਹਾ ਤਾਂ ਉਹਨੂੰ ਨੋਟ ਕਰੋ ਕਿ ਕੰਪਾਊਂਡ ਸੈਂਟੈਂਸ ਇੱਕ ਆਇਆ ਇਹਦੇ ਵਿੱਚ, ਕੰਪਲੈਕਸ 2 ਆਏ ਇਹਦੇ ਵਿੱਚ, ਕੰਡੀਸ਼ਨਲ ਸੈਂਟੈਂਸ ਰਾਈਟਰ ਨੇ ਲਾਇਆ ਵਾ, ਜੀਰਨ ਲਾਇਆ ਵਾ, ਵੋਇਸ ਲਾਇਆ ਵਾ। ਜਸਟ ਤੁਸੀਂ ਲਿਖੋ ਅਤੇ ਦੇਖੋ ਉਹਨੇ ਉਹ ਕਿਵੇਂ ਲਾਇਆ। ਜਦੋਂ ਤੁਸੀਂ ਪਹਿਲੀ ਵਾਰੀ ਐਸੇ ਨੂੰ ਰੀਡ ਕਰਦੇ ਹੋ ਤਾਂ ਤੁਹਾਡਾ ਧਿਆਨ ਸਿਰਫ ਜੀ ਆਰ ਏ 'ਤੇ ਹੋਣਾ ਚਾਹੀਦਾ, ਭੁੱਲ ਜਾਓ ਕੋਈ ਸੀ ਸੀ ਕੋਹਰੈਂਸ ਕਨੈਕਟਰ ਸਾਰਾ ਕੁਝ ਭੁੱਲ ਜਾਓ, ਬਸ ਦੁਨੀਆ ਦਾ ਐਸੇ ਨੂੰ ਪੜ੍ਹੋ, ਸਿਰਫ ਉਹਦੀ ਗ੍ਰੈਮਰ ਦੇਖੋ ਕਿ ਰਾਈਟਰ ਦਾ ਲੈਵਲ ਕਿੱਥੇ ਲਾਈ ਕਰਦਾ ਵਾ, ਜਦੋਂ ਉਹ ਗ੍ਰੈਮਰ ਯੂਜ਼ ਕਰਦਾ ਵਾ।
ਦੂਸਰੀ ਵਾਰੀ ਉਹ ਐਸੇ ਨੂੰ ਤੁਸੀਂ ਫਿਰ ਯੂਜ਼ ਕਰਨਾ ਹੁਣ ਭੁੱਲ ਜਾਓ ਕਿ ਗ੍ਰੈਮਰ ਨਾਂ ਦੀ ਕੋਈ ਚੀਜ਼ ਹੁੰਦੀ ਹੈ। ਹੁਣ ਦੇਖੋ ਕਿ ਉਹ ਰਾਈਟਰ ਨੇ ਜੋ ਯਾਨੀ ਕਿ ਵਕੈਬ ਯੂਜ਼ ਕੀਤੀ ਉਹ ਕਿਸ ਲੈਵਲ ਦੀ ਯੂਜ਼ ਕੀਤੀ ਆ। ਵਰਡ ਦੇਖੋ ਉਹਦੇ ਵਿੱਚ ਕਿ ਟੋਪਿਕ ਰਿਲੇਟਡ ਵਕੈਬ ਉਹ ਯੂਜ਼ ਕਰ ਰਿਹਾ ਅਤੇ ਬਹੁਤ ਵਧੀਆ ਵਕੈਬ ਯੂਜ਼ ਕਰ ਰਿਹਾ। ਉਹਦੇ ਵਰਡ ਸਰਚ ਕਰੋ, ਉਹਨੂੰ ਲੈਕਸੀਕਲੀ ਚੈੱਕ ਕਰੋ ਕਿ ਕੀ ਇਹ ਵਰਡ ਇੱਥੇ ਲੱਗਦਾ ਅਤੇ ਮੈਂ ਇਹਨੂੰ ਹੋਰ ਕਿੱਥੇ ਕਿੱਥੇ ਲਾ ਸਕਦਾ। ਸੈਕਿੰਡ ਟਾਈਮ ਐਸੇ ਪੜ੍ਹਿਆ ਸਿਰਫ ਲੈਕਸੀਕਲ ਰੀਸੋਰਸਿਸ ਪੜ੍ਹਨ ਦੇ ਲਈ। ਓਕੇ, ਹੁਣ ਦੇਖੋ ਜਿਹੜੇ ਬੱਚੇ ਦੀ ਜੀ ਆਰ ਏ ਵੀਕ ਹੋਊਗੀ ਉਹ ਇਕੱਲੇ ਐਸੇ ਦੇ ਵਿੱਚੋਂ ਜੀ ਆਰ ਏ ਪੜ੍ਹ ਰਿਹਾ, ਬਾਕੀ ਚੀਜ਼ਾਂ ਨਹੀਂ ਪੜ੍ਹ ਰਿਹਾ। ਓਬੀਅਸਲੀ ਗੱਲ ਆ, ਉਹਦੀ ਉਹ ਚੀਜ਼ ਸਟਰੋਂਗ ਹੋਊਗੀ। ਫਿਰ ਤੁਸੀਂ ਲੈਕਸੀਕਲ ਰੀਸੋਰਸਿਸ ਪੜ੍ਹ ਰਹੇ ਹੋ ਉਹ ਸਟਰੋਂਗ ਹੋਣਗੇ। ਤੀਜੀ ਵਾਰੀ ਐਸੇ ਨੂੰ ਪੜ੍ਹੋ ਅਤੇ ਦੇਖੋ ਕਿ ਇੱਕ ਰਾਈਟਰ ਆਪਣਾ ਇੱਕ ਜੋ ਪੁਆਇੰਟ ਪਹਿਲਾਂ ਲਿਖਦਾ ਵਾ ਉਹ ਨੀਚੇ ਨੂੰ ਐਕਸਪਲੇਨ ਕਿਹੜੇ ਵੇ ਨਾਲ ਕਰਦਾ ਵਾ। ਤੁਸੀਂ ਜੇ 10 ਤੋਂ 15 ਐਸੇ ਵੀ ਇੱਦਾਂ ਦੇ ਪੜ੍ਹ ਲਏ ਤਾਂ ਹੋ ਹੀ ਨਹੀਂ ਸਕਦਾ ਤੁਹਾਨੂੰ ਕੋਹਰੈਂਸ ਡਿਵੈਲਪ ਕਰਨੀ ਨਾ ਆਵੇ, ਕਿਉਂਕਿ ਤੁਸੀਂ ਘਰੇ ਖੁਦ ਦੇ ਲੈਵਲ 'ਤੇ ਤੁਸੀਂ ਉਹ ਚੀਜ਼ 'ਤੇ ਮੱਥਾ ਜੇ ਮਾਰਦੇ ਹੋ ਡੇਲੀ ਸਟਰਗਲ ਕਰਦੇ ਹੋ ਤਾਂ ਤੁਹਾਨੂੰ ਕੋਹਰੈਂਸ ਡਿਵੈਲਪ ਕਰਨੀ ਆਊਗੀ ਉਹ ਰਾਈਟਰ ਨੂੰ ਦੇਖ ਕੇ। ਹੁਣ ਇੱਥੇ ਸਭ ਤੋਂ ਵੱਡਾ ਬੈਰੀਅਰ ਜੋ ਸਟੂਡੈਂਟ ਇੱਥੋਂ ਤੱਕ ਪਹੁੰਚ ਗਿਆ ਜੋ ਪਹਿਲਾਂ ਹੀ ਵੀਡੀਓ ਕੱਟ ਗਿਆ ਉਹ ਆਹ ਚੀਜ਼ਾਂ ਸਿੱਖ ਗਿਆ ਬਸ। ਬਟ ਜਿਹੜੀ ਮੇਨ ਚੀਜ਼ ਮੈਂ ਲਾਸਟ 'ਤੇ ਕਹਿਣ ਲੱਗਾ ਵਾਂ ਉਹ 'ਚੋਂ ਜੇ ਗਲਤੀ ਕਰਤੀ ਤਾਂ ਆਹ ਸਾਰੀ ਚੀਜ਼ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਵੀ ਖੂਹ ਖਾਤੇ ਆ। ਓਕੇ, ਮੇਨ ਚੀਜ਼ ਕੀ ਹੈ ਜੀ, ਤੁਸੀਂ ਜਿਸ ਵੈਬਸਾਈਟ 'ਤੇ ਜਾ ਰਹੇ ਹੋ ਤੁਹਾਨੂੰ ਇਹ ਚੀਜ਼ ਜਮਾਂ ਨਹੀਂ ਪਤਾ ਹੁੰਦਾ ਕਿ ਮੈਂ ਜਿਸ ਰਾਈਟਰ ਦਾ ਐਸੇ ਪੜ੍ਹ ਰਿਹਾ ਵਾਂ ਉਹ ਰਾਈਟਰ ਕੌਣ ਆ, ਉਹ ਕਿੱਥੋਂ ਬਿਲੋਂਗ ਕਰਦਾ, ਉਹ ਵਾਕਈ ਆਇਲਸ ਟ੍ਰੇਨਰ ਹੈਗਾ ਕਿ ਨਹੀਂ ਹੈਗਾ, ਕਿ ਜਸਟ ਉਹਨੇ ਪੈਸੇ ਬਣਾਉਣ ਦੇ ਲਈ ਆਪਣੀ ਵੈਬਸਾਈਟ ਬਣਾਈ ਆ। ਆਇਲਸ ਵਿੱਚ 80% ਤੋਂ ਜ਼ਿਆਦਾ ਵੈਬਸਾਈਟਸ ਇੱਦਾਂ ਦੀਆਂ ਵਾ ਜੋ ਖੁਦ ਸਟੂਡੈਂਟਸ ਆ ਅਤੇ ਜੋ ਸਿਰਫ ਕਾਪੀ ਪੇਸਟ ਕਰਕੇ ਐਸਿਆਂ ਨੂੰ ਇੰਟਰਨੈਟ 'ਤੇ ਛਾਪੀ ਜਾਂਦੇ ਆ। ਉਹਨਾਂ ਵਿੱਚ ਗ੍ਰੋਮੈਟੀਕਲ ਐਰਰ ਆ, ਉਹਨਾਂ ਵਿੱਚ ਪੰਕਚੁਏਸ਼ਨ ਐਰਰ ਆ, ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਉਹ ਕਿਹੜਾ ਵਰਡ ਕਿੱਥੇ ਲਾਈ ਜਾਂਦੇ ਆ। ਤੁਸੀਂ ਜਿਸ ਵੈਬਸਾਈਟ 'ਤੇ ਜਾ ਰਹੇ ਹੋ ਉਹਨੂੰ ਪਹਿਲਾਂ ਚੈੱਕ ਕਰੋ। ਓਕੇ, ਉਹਨੂੰ ਪਹਿਲਾਂ ਚੈੱਕ ਕਰੋ ਕਿ ਉਹ ਔਥੈਂਟਿਕ ਵੈਬਸਾਈਟ ਹੈਗੀ ਹੈ ਕਿ ਨਹੀਂ। ਉਹ ਟ੍ਰੇਨਰ ਦੇ ਬਾਰੇ ਪਤਾ ਕਰੋ ਕਿ ਉਹ ਕਿੰਨੇ ਟਾਈਮ ਤੋਂ ਟੀਚ ਕਰ ਰਿਹਾ ਵਾ, ਉਹਦਾ ਐਸੇ ਦੇਖੋ ਕਿ ਵਾਕਈ ਉਹ ਸਹੀ ਲੈਵਲ ਦਾ ਐਸੇ ਹੈਗਾ ਕਿ ਨਹੀਂ। ਓਕੇ, ਉਹਦੀ ਵੈਬਸਾਈਟ ਪੂਰੀ ਚੈੱਕ ਕਰੋ। ਇੱਕ ਜਾਂ ਦੋ ਵੈਬਸਾਈਟਸ ਤੁਸੀਂ ਬਸ ਆਪਣੀਆਂ ਜਿਹਨੂੰ ਆਪਾਂ ਫੇਵਰੇਟ ਕਹਿੰਦੇ ਹੁੰਦੇ ਹਾਂ ਉਹ ਬਣਾ ਲਓ ਅਤੇ ਉਹਨਾਂ ਦੇ ਐਸੇ ਤੁਸੀਂ ਰੀਡ ਕਰੋ। ਅਤੇ ਕਿਸੇ ਵੀ ਵੈਸੇ ਕੋਈ ਵੈਬਸਾਈਟ 'ਤੇ ਨਾ ਜਾਓ ਜਿਹਦੇ ਵਿੱਚ ਨੀਚੇ ਤੁਸੀਂ ਜਦੋਂ ਕੋਈ ਨਾਮ ਵੇਖੋ ਵੈਬਸਾਈਟਸ ਆਇਲਸ, ਮੈਂ ਨਾਮ ਨਹੀਂ ਕਿਸੇ ਦਾ ਲੈਣਾ ਚਾਹੁੰਦਾ, ਓਕੇ, ਮੈਂ ਕਿਸੇ ਸੋਰਸ ਦਾ ਨਾਮ ਨਹੀਂ ਲੈਂਦਾ ਇੱਥੇ, ਬਟ ਕਈ ਵੈਬਸਾਈਟਸ ਇੱਦਾਂ ਦੀਆਂ ਹੈਗੀਆਂ ਵਾ ਜਿਨ੍ਹਾਂ ਵਿੱਚ ਰੈਂਡਮ ਐਸੇ ਲਿਖੇ ਪਏ ਆ। ਜੇ ਉਹ ਵੈਬਸਾਈਟ ਦੇ ਵਿੱਚ 100 ਐਸੇ ਆ ਤਾਂ ਉਹ ਐਸੇ ਲਿਖਣ ਤੋਂ ਬਾਅਦ ਬਾਏ ਲੈ ਕੇ ਜੋ ਰਾਈਟਰ ਦਾ ਨਾਮ ਲਿਖਿਆ ਹਰ ਇੱਕ ਐਸੇ 'ਤੇ ਅੱਡੋ ਅੱਡ ਆ। ਹੁਣ ਦੇਖੋ ਇੱਕ ਸਿੰਗਲ ਵੈਬਸਾਈਟ 'ਤੇ 100 ਲੋਕਾਂ ਨੇ ਜੇ ਲਿਖੇ ਐਸੇ, ਇਹਦਾ ਮਤਲਬ ਕਿ ਉਹ ਟ੍ਰੇਨਰ ਨਹੀਂ ਹੈਗੇ 100 ਦੇ 100, ਉਹਨਾਂ ਵਿੱਚੋਂ ਕੁਝ ਹੋ ਸਕਦਾ ਸਟੂਡੈਂਟ ਹੋਣ ਜਾਂ ਰੈਂਡਮਲੀ ਉਹ ਐਸੇ ਚੱਕ ਕੇ ਪਾਈ ਜਾਂਦੇ। ਤੁਸੀਂ ਇੱਕ ਰਾਈਟਰ ਨੂੰ, ਪਰਟੀਕੁਲਰ ਰਾਈਟਰ ਨੂੰ ਫੋਲੋ ਕਰੋ। ਓਕੇ, ਮੈਂ ਇੱਕ ਦੋ ਔਥੈਂਟਿਕ ਰਾਈਟਰ ਜੋ ਹੈਗੇ ਆ ਉਹਨਾਂ ਦਾ ਨਾਮ ਤੁਹਾਨੂੰ ਜ਼ਰੂਰ ਮੈਂ ਦੱਸਣਾ ਚਾਹੂੰਗਾ। ਜਿਵੇਂ ਤੁਸੀਂ ਇੰਗਵਿਡ ਚੈਨਲ ਨੂੰ ਫੋਲੋ ਕਰ ਸਕਦੇ ਹੋ, ਤੁਸੀਂ ਲਿਜ਼ ਨੂੰ ਫੋਲੋ ਕਰ ਸਕਦੇ ਹੋ, ਤੁਸੀਂ ਸਾਈਮਨ ਨੂੰ ਫੋਲੋ ਕਰ ਸਕਦੇ ਹੋ, ਇਹ ਵਧੀਆ ਲੈਵਲ ਦੇ ਰਾਈਟਰ ਆ। ਓਕੇ, ਮੈਂ ਆਪਣੇ ਟਾਸਕ 2 ਹੈਂਡਰਾਈਟਿੰਗ ਤੁਹਾਡੇ ਨਾਲ ਸ਼ੇਅਰ ਕਰੂੰਗਾ, ਤੁਸੀਂ ਉਹ ਵੀ ਰੀਡ ਕਰ ਸਕਦੇ ਹੋ ਇਨ ਫਿਊਚਰ। ਹਾਲੇ ਮੈਂ ਪਲੈਨਿੰਗ ਕਰ ਰਿਹਾ ਵਾਂ, ਹਾਲੇ ਮੈਂ ਲਿਖੇ ਪਏ ਆ ਮੇਰੇ ਟਾਸਕ 2, ਬਟ ਮੈਂ ਹਾਲੇ ਕਿਤੇ ਉਹ ਅਪਲੋਡ ਨਹੀਂ ਕੀਤੇ ਗਏ। ਓਕੇ, ਮੇਰੇ ਕਹਿਣ ਦਾ ਮੇਨ ਮੋਟਿਵ ਇਹੀ ਹੈ ਕਿ ਸਭ ਤੋਂ ਪਹਿਲਾਂ ਪਤਾ ਕਰੋ ਕਿ ਰਾਈਟਿੰਗ ਦੇ ਵਿੱਚ ਤੁਹਾਡਾ ਏਰੀਆ ਵੀਕ ਸਭ ਤੋਂ ਜ਼ਿਆਦਾ ਕਿਹੜਾ ਵਾ, ਫਿਰ ਤੁਸੀਂ ਇੱਕ ਔਥੈਂਟਿਕ ਵੈਬਸਾਈਟ 'ਤੇ ਜਾਓ ਅਤੇ ਉਹ ਰਾਈਟਰ ਦਾ ਐਸੇ ਤੁਸੀਂ 4 ਪਰਸਪੈਕਟਿਵ ਤੋਂ ਰੀਡ ਕਰੋ। ਪਹਿਲਾਂ ਉਹਦੀ ਜੀ ਆਰ ਏ ਦੇਖੋ, ਫਿਰ ਉਹ ਲੈਕਸੀਕਲ ਰੀਸੋਰਸਿਸ, ਫਿਰ ਕੋਹਰੈਂਸ ਅਤੇ ਕੋਹੀਜ਼ਨ, ਅਤੇ ਫਿਰ ਆਉਂਦਾ ਟਾਸਕ ਰਿਸਪੋਂਸ। ਇਹ ਚੀਜ਼ ਕਰਨ ਦੇ ਨਾਲ ਤੁਹਾਡੀ ਇੰਪਰੂਵਮੈਂਟ ਹੋਊਗੀ। ਜਸਟ ਡੇਲੀ ਇੰਸਟੀਟਿਊਟ ਵਿੱਚ ਜਾ ਕੇ ਟਾਸਕ 2 ਲਿਖ ਕੇ ਚੈੱਕ ਕਰਵਾਉਣ ਨਾਲ, ਉਹ ਵੀ ਜੇ ਨੀਚੇ ਤੁਹਾਡੇ ਕੋਈ ਨੋਟ ਨਹੀਂ ਪਾਇਆ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਕਿਹੜੇ ਏਰੀਏ ਦੇ ਵਿੱਚੋਂ ਵੀਕ ਹਾਂ, ਤਾਂ ਇਹ ਚੀਜ਼ ਦਾ ਸੋਰੀ ਕੋਈ ਫਾਇਦਾ ਨਹੀਂ ਗਾ। ਅਤੇ ਮੈਂ ਤੁਹਾਨੂੰ ਦੱਸਾਂ ਕਿ ਹਰ ਇੱਕ ਐਸੇ ਦੇ ਪੈਰਾਮੀਟਰ ਚੇਂਜ ਹੁੰਦੇ ਰਹਿੰਦੇ ਆ। ਹੋ ਸਕਦਾ ਤੁਸੀਂ ਜਿਹੜਾ ਅੱਜ ਐਸੇ ਲਿਖਿਆ ਵਾ ਉਹਦੇ ਵਿੱਚ ਕੋਹਰੈਂਸ ਬਹੁਤ ਜ਼ਿਆਦਾ ਵਧੀਆ ਲੈਵਲ ਦੀ ਡਿਵੈਲਪ ਹੋਈ ਹੋਵੇ। ਕਿਉਂ? ਕਿਉਂਕਿ ਤੁਹਾਡੇ ਬ੍ਰੇਨ ਨੂੰ ਉਹ ਚੀਜ਼ ਦੀ ਨੌਲੇਜ ਆ, ਤੁਸੀਂ ਜਾਣੇ ਅਣਜਾਣੇ ਵਿੱਚ ਉਹਦੀ ਨੌਲੇਜ ਦੁਨੀਆ ਦੇ ਵਿੱਚ ਇਕੱਠੀ ਕੀਤੀ ਸੀਗੀ, ਤੁਹਾਨੂੰ ਭਾਵੇਂ ਨਾ ਹੀ ਪਤਾ ਹੋਵੇ ਬਟ ਤੁਸੀਂ ਕੀਤੀ ਸੀਗੀ। ਬਟ ਅਗਲੇ ਦਿਨ ਹੀ ਜਦੋਂ ਤੁਸੀਂ ਕੋਈ ਐਸੇ ਇੱਦਾਂ ਦਾ ਦੇਖਿਆ ਜਿਹਨੂੰ ਦੇਖ ਕੇ ਤੁਹਾਡੇ ਹੋਸ਼ ਛੱਡ ਗਏ, ਸਟ੍ਰੈਸਡ ਹੋ ਗਏ ਤੁਸੀਂ ਥੋੜ੍ਹਾ ਜਿਹਾ, ਜੇ ਫਾਈਨਲ ਦੇ ਵਿੱਚ ਬੈਠੋ ਤਾਂ ਬਹੁਤ ਹਾਈ ਲੈਵਲ ਦੇ ਸਟ੍ਰੈਸਡ ਹੋ ਗਏ, ਉਦੋਂ ਤੁਹਾਡਾ ਬ੍ਰੇਨ ਸੈਂਟੈਂਸਿਸ ਨੂੰ ਲੌਜੀਕਲ ਆਰਡਰ ਦੇ ਵਿੱਚ ਨਹੀਂ ਲਾ ਸਕਦਾ। ਇੱਥੋਂ ਤੱਕ ਇਹ ਵੀ ਸਿੱਖ ਮਿਲਦੀ ਹੈ ਕਿ ਜਦੋਂ ਤੁਸੀਂ ਫਾਈਨਲ ਦੇ ਵਿੱਚ ਜਾ ਰਹੇ ਹੋ ਤਾਂ ਹੋਸ਼ ਔਰ ਆਵਾਜ਼ ਦੇ ਵਿੱਚ ਰਹੋ, ਕੌਨਸ਼ੀਅਸ ਰਹੋ। ਜਿੰਨਾ ਜ਼ਿਆਦਾ ਸਟ੍ਰੈਸਡ ਹੋਵੋਗੇ ਰਾਈਟਿੰਗ ਦੇ ਵਿੱਚੋਂ ਬੈਂਡ ਕੱਟੇ ਜਾਣਗੇ, ਇਹ
एक प्रूवन चीज़ आ, अपना माइंड कदे भी कोरेंस डेवलप नहीं कर सकता जो वो स्ट्रैस के बच्चे उदों माइंड जी लाइन पहली आऊगी थोनों लगेगा कि मेरा टाइम हो जाता मैं यही लाइन लिख देव तो मैं थोड़ा दसा कि फाइनल 5.5 बैंड ऑन द रीजन सिर्फ यह आ टास्क रिस्पोंस ते कोरेंस क्योंकि देखो कनैक्टर तो रटे हुए है ना अजकल स्टूडेंट्स के सारे स्टूडेंट्स को पता राइटर मोतियां चिन्ह पे है कोहीजन चो टेंशन ना लो बहुत वधिया कर दे कोहीजन जी आर ए भी थोड़े रट्टे मारे अजकल ओके हाँ इदा हो सकता कई स्टूडेंट को नहीं पता कि हाउ टू मेक कंपाउंड सेंटेंस कंपलैक्स सेंटेंस कंडीशनल सेंटेंस वो स्टूडेंट के जी आर ए चो भी बैंड कट्टे आएंगे ओके सो के अज की वीडियो का मोटिव मेन येगा कि तुसी अपने वीक एरिया दे बारे जानो कि केड़ा वा ते फिर तुसी उते स्पेसिफिकली वर्क करो वो भी ऑथेंटिक वैबसाइट जा ऑथेंटिक ट्रेनर जा ऑथेंटिक राइटर दे कोलो ओके सो गाइस मिलते हैं वीडियो थोड़ी लंबी हो जूगी तो इनू शेयर करियो ओके सो ये एक वधिया तरीका तुहाडी राइटिंग नू बूस्ट करन दा ओके सो गाइस बाय टेक केयर